ਸਿੱਖ ਨੂੰ ਸਿੱਖ ਨਾਲ ਹੀ ਲੜਾਉਣ ਲਈ ਕੋਈ ਨਾ ਕੋਈ ਨਵੇਂ ਪਗੜੀਧਾਰੀ ਸਿੱਖ ਨੂੰ ਲੱਭ ਕੇ ਸਿੱਖ ਵਿਰੋਧੀ ਅਤੇ ਸਿੱਖ ਵਿਰੋਧੀ ਬਿਆਨ ਦਿਵਾਉਣੇ ਭਾਰਤੀ ਨਿਜ਼ਾਮ ਦਾ ਪੁਰਾਣਾ ਪੈਂਤੜਾ ਹੈ ਅਤੇ ਇਸ ਪੈਂਤੜੇਬਾਜ਼ੀ ਦਾ ਨਵਾਂ ਚਿਹਰਾ ਹੈ ਤੇਜਿੰਦਰ ਸਿੰਘ ਬੱਗਾ ਜੋ ਦਿੱਲੀ ਦਾ ਭਾਜਪਾ ਦਾ ਬੁਲਾਰਾ ਸੀ ਅਤੇ ਹੁਣ ਉਸ ਨੂੰ ਦਿੱਲੀ ਅਸੈਂਬਲੀ ਚੋਣਾਂ ਲਈ ਹਰੀਨਗਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ਲੜਾਈਆਂ ਜਾ ਰਹੀਆਂ ਹਨ ਇਸ ਵਰਤਾਰੇ ਨੂੰ ਭਾਰਤੀ ਨਿਜ਼ਾਮ ਵੱਲੋਂ ਸਿੱਖਾਂ ਦੇ ਦਿਲੋ ਦਿਮਾਗ ਤੇ ਅਸਰ ਪਾਉਣ ਲਈ ਲਗਾਤਾਰ ਕੀਤੇ ਜਾ ਰਹੇ ਕੁਝ ਯਤਨਾਂ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਦੱਸਿਆ ਹੈ ਕਿ ਕਿਵੇਂ ਤੇਜਿੰਦਰ ਸਿੰਘ ਬੱਗਾ ਨੂੰ ਸਿੱਖ ਜਨਤਕ ਜੀਵਨੀ ਵਿੱਚ ਲਿਆਂਦਾ ਗਿਆ ਹੈ ਅਤੇ ਉਹਨਾਂ ਨੇ ਸਿੱਖਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਉਹ ਸਿੱਖ ਪਹਿਚਾਣ ਲਈ ਬਹੁਤ ਵੱਡਾ ਖਤਰਾ ਹਨ ਜਗਮੋਹਨ ਸਿੰਘ ਨੇ ਆਪਣੇ ਲੇਖ ਵਿੱਚ ਲਿਖਿਆ ਕਿ ਤੇਜਿੰਦਰ ਸਿੰਘ ਬੱਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਨੇੜਤਾ ਦਾ ਡੰਕਾ ਵਜਾਉਂਦਾ ਰਹਿੰਦਾ ਹੈ ਉਸਨੇ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਸਾਬਕਾ ਆਪ ਆਗੂ ਅਤੇ ਨਾਮਵਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਗਾਲਾਂ ਕੱਢ ਕੇ ਅਤੇ ਧੱਕਾ ਮੁੱਕੀ ਕਰਕੇ ਸ਼ੁਰੂ ਕੀਤੀ ਸੀ ਪਿਛਲੇ ਕੁਝ ਸਾਲਾਂ ਤੋਂ ਉਹ ਟਵਿੱਟਰ ਤੇ ਆਪਣੇ ਵੰਡ ਪਾਊ ਬਿਆਨਾਂ ਕਰਕੇ ਚਰਚਾ ਵਿੱਚ ਹੈ ਇਸ ਲਈ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਬੜਬੋਲੇ ਸਿੱਖ ਨੌਜਵਾਨ ਨੂੰ ਉਹਨਾਂ ਸਿੱਖਾਂ ਵਾਂਗ ਉਭਾਰਨ ਦਾ ਤਹੀਆ ਕੀਤਾ ਜੋ ਸਿੱਖ ਭੇਸ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਹਨ ਅਤੇ ਨਿਤ ਨਵੇਂ ਵਿਵਾਦ ਖੜੇ ਕਰਦੇ ਹਨ ਤੇਜਿੰਦਰ ਸਿੰਘ ਬੱਗਾ ਦੀ ਕਾਰਗੁਜ਼ਾਰੀ ਵਤੀਰਾ ਤੇ ਬੋਲ ਬਾਣੀ ਇਸ ਗੱਲ ਦਾ ਮੂੰਹ ਬੋਲ ਦਾ ਸਬੂਤ ਹਨ ਕਿ ਉਸਦਾ ਚੁਕਾ ਫਾਸੀਵਾਦੀ ਹੈ ਅਤੇ ਉਸਨੂੰ ਭਾਜਪਾ ਨੇ ਇਸ ਲਈ ਬਾਖੂਬੀ ਤਿਆਰ ਕੀਤਾ ਹੈ ਹਾਲ ਹੀ ਵਿੱਚ ਉਸਦਾ ਇਹ ਕਹਿਣਾ ਹੈ ਕਿ ਜੇ ਉਸਦੀ ਪਾਰਟੀ ਜਿੱਤ ਗਈ ਤਾਂ ਉਹ ਸ਼ਾਹੀਨ ਬਾਗ ਵਿੱਚ ਜਾ ਕੇ ਸਰਜੀਕਲ ਸਟ੍ਰਾਈਕ ਕਰੇਗਾ ਇਹ ਇੱਕ ਮੰਦਭਾਗਾ ਹੀ ਨਹੀਂ ਬੇਲੋੜਾ ਤੇ ਘਟੀਆ ਬਿਆਨ ਹੈ ਇਹ ਸ਼ਬਦ ਬੋਲ ਕੇ ਤੇਜਿੰਦਰ ਸਿੰਘ ਬੱਗਾ ਨੇ ਸਿੱਖੀ ਨੂੰ ਢਾਹ ਲਈ ਹੈ ਕਿਉਂਕਿ ਸਿੱਖੀ ਸਿਖਾਉਂਦੀ ਹੈ ਕਿ ਬਿਨਾਂ ਜਾਤ ਅਤੇ ਧਰਮ ਦੇ ਭੇਦਭਾਵ ਤੋਂ ਮਜ਼ਲੂਮਾਂ ਦੇ ਨਾਲ ਉਹਨਾਂ ਦੇ ਹੱਕਾਂ ਲਈ ਦਲੇਰੀ ਨਾਲ ਖੜਨਾ ਚਾਹੀਦਾ ਹੈ ਅਤੇ ਇਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ ਸਿੱਖਿਆ ਹੈ ਇਸ ਤੋਂ ਇਲਾਵਾ ਆਪਣੇ ਲੇਖ ਦੇ ਵਿੱਚ ਜਗਮੋਹਨ ਸਿੰਘ ਨੇ ਲਿਖਿਆ ਕਿ ਵੱਖ ਵੱਖ ਚੈਨਲਾਂ ਉੱਤੇ ਆਪਣੇ ਸੱਜੇ ਪੱਖੀ ਬਿਆਨਾਂ ਨੂੰ ਪੇਸ਼ ਕਰਨਾ ਤੇਜਿੰਦਰ ਸਿੰਘ ਬੱਗਾ ਨੂੰ ਚੰਗਾ ਲੱਗਦਾ ਹੈ ਅਤੇ ਉਸਨੂੰ ਇਹ ਵਹਿਮ ਹੋ ਗਿਆ ਹੈ ਕਿ ਮੁਸਲਮਾਨ ਵਿਰੋਧੀ ਬਿਆਨ ਦੇ ਕੇ ਕੋਈ ਵੀ ਦੁਨੀਆ ਨੂੰ ਖੁਸ਼ ਕਰ ਸਕਦਾ ਹੈ ਜਗਮੋਹਨ ਸਿੰਘ ਦਾ ਕਹਿਣਾ ਕਿ ਜਦ ਅਸੀਂ ਦਿੱਲੀ ਦੇ ਅਕਾਲੀਆਂ ਨੂੰ ਉਸਦੇ ਹੱਕ ਵਿੱਚ ਪ੍ਰਚਾਰ ਕਰਦਾ ਦੇਖਦੇ ਹਾਂ ਤਾਂ ਇੱਕ ਡਰ ਪੈਦਾ ਹੁੰਦਾ ਹੈ ਕਿ ਅਸੀਂ ਅਜਿਹੇ ਵਿਅਕਤੀ ਨੂੰ ਉਭਾਰ ਰਹੇ ਹਾਂ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਜੜ੍ਹਾਂ ਵਿੱਚ ਬੈਠ ਕੇ ਸਿੱਖ ਮੁਫਾਦ ਦਾ ਨੁਕਸਾਨ ਕਰਨਾ ਹੈ ਜਿਵੇਂ ਉਹ ਹੁਣ ਆਪਣੇ ਬਿਆਨਾਂ ਰਾਹੀਂ ਸਿੱਖ ਪਹਿਚਾਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਆਪਣੀ ਪਾਰਟੀ ਦੀ ਨਫ਼ਰਤ ਭਰਪੂਰ ਤੱਕੜਸ਼ਾਹੀ ਨਾਲ ਪ੍ਰੇਰਿਤ ਨੀਤੀਆਂ ਤੇ ਚੱਲ ਰਿਹਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਉਸਦੀ ਪਗੜੀ ਕਰਕੇ ਉਹ ਛੇਤੀ ਹੀ ਨਜ਼ਰ ਵਿੱਚ ਆਉਂਦਾ ਹੈ ਦਿੱਲੀ ਪੰਜਾਬ ਅਤੇ ਦੁਨੀਆ ਭਰ ਦੇ ਸਿੱਖ ਉਸਦੀਆਂ ਹਰਕਤਾਂ ਤੋਂ ਜਾਣੂ ਹਨ ਅਤੇ ਉਸਦੀਆਂ ਕੋਝੀਆਂ ਕਾਰਵਾਈਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਅਜੋਕਾ ਸਿੱਖ ਇਤਿਹਾਸ ਗਵਾਹ ਹੈ ਕਿ ਬੜੇ ਹੀ ਵਿਉਂਤਮਈ ਢੰਗ ਨਾਲ ਹਿੰਦੁਸਤਾਨ ਦਾ ਨਿਜ਼ਾਮ ਸਿੱਖ ਕੌਮ ਦੇ ਖਾਸ ਮਸਲਿਆਂ ਅਤੇ ਮੁੱਦਿਆਂ ਵਿੱਚ ਭੰਬਲ ਭੂਸਾ ਪਾਉਣ ਲਈ ਤੇਜਿੰਦਰ ਸਿੰਘ ਬੱਗਾ ਵਰਗੇ ਸਿੱਖਾਂ ਨੂੰ ਉਭਾਰਦਾ ਹੈ ਤਾਂ ਜੋ ਉਹਨਾਂ ਮਸਲਿਆਂ ਅਤੇ ਮੁੱਦਿਆਂ ਬਾਰੇ ਬੇਤਰਤੀਬੀ ਅਤੇ ਬੇਲੋੜੇ ਬਿਆਨ ਦਿੱਤੇ ਜਾ ਸਕਣ ਅਤੇ ਸਿੱਖਾਂ ਨੂੰ ਵੰਡਿਆ ਜਾ ਸਕੇ ਹਾਂਜੀ ਮੈਂ ਇਸ ਤਰ੍ਹਾਂ ਫੀਲ ਕੀਤਾ ਕਿ ਅਜਿਹੇ ਵਾਇਰਸ ਸਮੇਂ ਸਮੇਂ ਸਿਰ ਜਿਹੜਾ ਭਾਰਤੀ ਨਿਜ਼ਾਮ ਹੈ ਉਸ ਵੱਲੋਂ ਸਿੱਖਾਂ ਦੇ ਵਿੱਚ ਵਾੜੇ ਜਾਂਦੇ ਨੇ ਜੀ ਔਰ ਸਾਡੇ ਕੋਲ ਇਹਨਾਂ ਦਾ ਇੱਕ ਬੜਾ ਇੱਕ ਸਿਸਟਮ ਹੈਗਾ ਜਿਹਦੇ ਤਹਿਤ ਉਹ ਪਹਿਲਾਂ ਇਹਨਾਂ ਨੂੰ ਤਿਆਰ ਕਰਦੇ ਨੇ ਗਰੂਮ ਕਰਦੇ ਨੇ ਜੀ ਉਹਨਾਂ ਨੂੰ ਨਫ਼ਰਤ ਦੀ ਭਾਸ਼ਾ ਸਿਖਾਉਂਦੇ ਨੇ ਜੀ ਉਹ ਫਿਰ ਕੁਛ ਛੋਟੇ ਮੋਟੇ ਕਦਮ ਚੁੱਕ ਕੇ ਤੇ ਸਿੱਖਾਂ ਦੇ ਵਿੱਚ ਥਾਂ ਬਣਾ ਕੇ ਤੇ ਫਿਰ ਜਿਹੜਾ ਹੈ ਉਹ ਸਿੱਖ ਵਿਰੋਧੀ ਕਾਰਵਾਈਆਂ 'ਚ ਬਿਲਕੁਲ ਉਭਰ ਕੇ ਸਾਹਮਣੇ ਆਉਂਦੇ ਨੇ ਮੈਂ ਇਸ ਕਰਕੇ ਜਿਹੜਾ ਉਹਦਾ ਪ੍ਰਸ਼ਾਂਤ ਭੂਸ਼ਣ ਨੂੰ ਐਬਿਊਜ਼ ਕਰਨਾ ਉਹਦਾ ਸਿੱਖ ਹਲਕਿਆਂ ਵਿੱਚ ਸਿੱਖਾਂ ਨੂੰ ਗਲਤ ਸ਼ਬਦਾਵਲੀ ਨਾਲ ਬੋਲਣਾ ਇਹ ਸਭ ਕੁਛ ਸੰਕੇਤ ਹੈਗਾ ਕਿ ਉਹ ਹੁਣ ਛੋਟੀ ਉਮਰ ਦਾ ਹੈਗਾ ਉਹਨੂੰ ਤਿਆਰ ਕੀਤਾ ਜਾ ਰਿਹਾ ਇੱਕ ਹੋਰ ਆਗੂ ਬਣ ਕੇ ਤਾਂ ਜੋ ਉਹ ਸਿੱਖ ਵਿਰੋਧੀ ਕਾਰਵਾਈਆਂ ਨੂੰ ਲੀਡ ਕਰੇ ਜਗਮੋਹਨ ਸਿੰਘ ਮੁਤਾਬਕ ਇਸ ਨਿਜ਼ਾਮ ਦੀ ਪਹੁੰਚ ਇੰਨੀ ਵੱਧ ਗਈ ਹੈ ਕਿ ਪਿਛਲੀ ਸਦੀ ਵਿੱਚ ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ ਰਿਛਪਾਲ ਸਿੰਘ ਤੋਂ ਲੈ ਕੇ ਹੁਣ ਉਸਦੇ ਸਿੱਖਾਂ ਦੀ ਸਰਮੌਰ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਵੱਖ ਵੱਖ ਧੜਿਆਂ ਤੇ ਨਵੀਂ ਪਾਰਟੀ ਜਾਗੋ ਵਿੱਚ ਵੀ ਸਿੱਧੀ ਘੁਸਪੈਠ ਕਰ ਲਈ ਹੈ ਸਿੱਖ ਦਲਾਂ ਦੀ ਅਜਿਹੀ ਬੇਸ਼ਰਮੀ ਨੇ ਸਿੱਖ ਹਿਰਦਿਆਂ ਨੂੰ ਵਲੂੰਦ ਰਿਹਾ ਹੈ ਇਸ ਕਰਕੇ ਇਸ ਸੱਜੇ ਪੱਖੀ ਸੋਚ ਦੇ ਅਲੰਬਰਦਾਰ ਅਤੇ ਭਾਜਪਾ ਦੇ ਸਿੱਖ ਪੈਂਤੜੇ ਦੇ ਨਵੇਂ ਨਾਇਕ ਤੋਂ ਜਿੰਨਾ ਦੂਰ ਰਿਹਾ ਜਾਵੇ ਚੰਗਾ ਹੈ ਉਸ ਦੀਆਂ ਕਾਰਵਾਈਆਂ ਅਤੇ ਕਾਰਸਥਾਨੀਆਂ ਤੋਂ ਖਬਰਦਾਰ ਰਹਿਣ ਦੀ ਜ਼ਰੂਰਤ ਹੈ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ
ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।